ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ 'ਚ ਚੋਣਾਂ ਦੀ ਕਵਰੇਜ ਦੇ ਨਾਲ ਨਾਲ ਹੋਰ ਵੀ ਖਬਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਯੂਨੀਅਨ ਵੱਲੋਂ ਇੱਥੇ ਧਰਨਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਮੰਗਾਂ ਇਹਨਾਂ ਦੀਆਂ ਪਿਛਲੇ ਕਈ ਦਿਨਾਂ ਤੋਂ ਹੈ, ਜਿਹੜੀ ਕਿ ਸਰਕਾਰ ਵੱਲੋਂ ਹੈ, ਜਿਹੜੇ ਸਕੂਲਾਂ ਨੂੰ ਬੰਦ ਕਰ ਰੱਖਿਆ, ਠੇਕੇ ਖੁੱਲ੍ਹੇ ਹੈ, ਰੈਲੀਆਂ ਦੇ ਜਿਹੜੇ ਉਹ ਦੌਰ ਜਾਰੀ ਹੈ, ਬੱਚਿਆਂ ਦੀ ਪੜ੍ਹਾਈ ਜਿਹੜੀ ਪ੍ਰਭਾਵਿਤ ਹੋ ਰਹੀ ਹੈ। ਇਹ ਤੋਂ ਪਹਿਲਾਂ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਕਿਸਾਨਾਂ ਨੂੰ ਜਿਹੜਾ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੀ ਕਈ ਦਿਨ ਇੱਥੇ ਰੋਸ ਮੁਜ਼ਾਹਰਾ ਜਾਰੀ ਰਿਹਾ। ਅੱਜ ਜਿਹੜਾ ਤਲਵੰਡੀ ਸਾਬੋ ਪਹੁੰਚੇ ਹੈ, ਕਾਫੀ ਬੱਚੇ ਵੀ ਬੈਠੇ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਬੱਚੇ? ਸੁਖਪ੍ਰੀਤ ਕੌਰ। ਕਿਹੜੇ ਪਿੰਡ ਆਏ ਹੋ? ਕਮਾਲੂ। ਅੱਛਾ, ਕੀ ਮੰਗਾਂ ਲੈ ਕੇ ਆਏ ਹੋ? ਵੀ ਸਾਡੇ ਸਕੂਲ ਲੱਗੇ। ਅੱਛਾ, ਸਕੂਲ 'ਚ ਪੜ੍ਹਾਈ ਹੁੰਦੀ ਨਹੀਂ ਤਾਂ ਆਨਲਾਈਨ ਪੜ੍ਹਾਈ ਹੋ ਰਹੀ ਹੈ, ਉਹ ਸਮਝ ਆਉਂਦਾ ਕੁਛ? ਨਹੀਂ। ਅੱਛਾ, ਹਾਂ ਬੇਟਾ, ਤੇਰਾ ਕੀ ਨਾਮ? ਸੁਖਮਨ ਕੌਰ। ਕੀ ਮੰਗਾਂ ਲੈ ਕੇ ਆਏ ਹੋ? ਸਾਡੇ ਸਕੂਲ ਖੁੱਲ੍ਹਣੇ ਚਾਹੀਦੇ ਆ। ਅੱਛਾ, ਕਿੰਨੇ ਦਿਨ ਹੋ ਗਏ ਧਰਨਾ ਲਾਈ ਜਾਂਦੇ ਨੂੰ? 4 ਦਿਨ ਹੋਏ ਆ। ਅੱਛਾ, ਸਕੂਲ ਖੁੱਲ੍ਹਣੇ ਚਾਹੀਦੇ ਆ। ਅੱਛਾ, ਪਹਿਲਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ? 2 'ਚ। ਕਾਫੀ ਬੱਚੇ ਛੋਟੇ ਆ ਪ੍ਰਾਇਮਰੀ ਸਕੂਲ ਦੇ, ਭਾਵੇਂ ਸਰਕਾਰ ਨੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਜਿਹੜੇ ਆਦੇਸ਼ ਜਾਰੀ ਕੀਤੇ ਹੈ, ਪਰ ਛੋਟੇ ਬੱਚਿਆਂ ਦੀ ਕਿਤੇ ਨਾ ਕਿਤੇ ਪੜ੍ਹਾਈ ਹੈ ਉਹ ਪ੍ਰਭਾਵਿਤ ਹੋ ਰਹੀ ਹੈ। ਹੋਰ ਵੀ ਬੱਚਿਆਂ ਦੇ ਮਾਪੇ ਵੀ ਆਏ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਮਾਤਾ, ਕੀ ਨਾਮ ਹੈ? ਅਮਰਜੀਤ ਕੌਰ ਜੀ। ਅੱਛਾ, ਕੀ ਮੰਗਾਂ ਲੈ ਕੇ ਆਏ ਹੋ ਤੇ ਕਿਹੜੇ ਪਿੰਡ ਹੋਏ? ਅਸੀਂ ਕਮਾਲੂ ਤੋਂ ਆਏ ਹਾਂ। ਅਸੀਂ ਤਾਂ ਹੀ ਮੰਗ ਕਰਦੇ ਹਾਂ ਸਾਡੇ ਬੱਚਿਆਂ ਦੇ ਸਕੂਲ ਖੁੱਲ੍ਹਣੇ ਚਾਹੀਦੇ ਹੈ ਜੀ। ਸਾਡੇ ਬੱਚਿਆਂ ਦਾ ਭਵਿੱਖ ਬਹੁਤ ਖਰਾਬ ਹੋ ਰਿਹਾ। ਸਾਡੇ 2-3 ਬੱਚੇ ਪੜ੍ਹਦੇ, ਅਸੀਂ ਮੋਬਾਈਲਾਂ ਨਹੀਂ ਲੈਦੇ ਵਿੱਚ। ਜੇ ਬੱਚਿਆਂ ਨੂੰ ਮੋਬਾਈਲ ਲੈ ਕੇ ਦਵਾਂ, ਬੱਚਾ ਖਰਾਬ ਹੁੰਦਾ ਅਤੇ ਬੱਚਿਆਂ ਦੀ ਸਾਡੇ 'ਤੇ ਜ਼ਿੰਦਗੀ ਖਰਾਬ ਹੋਈ ਪਈ ਹੈ। ਬਹੁਤ ਸਰਕਾਰ ਨੇ ਸਾਡੇ ਨਾਲ ਧੱਕਾ ਕਰਿਆ ਹੋਇਆ। ਬਸ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਬੱਚਿਆਂ ਦੇ ਸਕੂਲ ਜ਼ਰੂਰ ਤੋਂ ਜ਼ਰੂਰ ਖੁੱਲ੍ਹਣੇ ਚਾਹੀਦੇ। ਅਸੀਂ ਜੀ ਇਹੀ ਬੇਨਤੀ ਕਰਦੇ ਹਾਂ ਵੀ ਸਾਡੇ ਬੱਚੇ, ਮੇਰੇ 5 ਪੋਤੇ ਪੋਤੀਆਂ ਇੱਥੇ ਪੜ੍ਹਦੇ ਆ, ਵੀ ਸਰਕਾਰੀ ਸਕੂਲ ਖੁੱਲ੍ਹਣਾ ਜ਼ਰੂਰੀ ਹੈ। ਵੀ ਇੱਥੇ ਹੀ ਪੜ੍ਹਾਉਣਾ ਚਾਹੁੰਦੇ ਹਾਂ, ਸਾਡੇ ਕੋਲ ਮੋਬਾਈਲ ਲੈਣ ਦੀ ਗੁੰਜਾਇਸ਼ ਨਹੀਂ। ਵੀ ਦਿਹਾੜੀ ਕਰਦੇ ਹਾਂ, ਮਜ਼ਦੂਰੀ ਕਰਦੇ ਹਾਂ, ਵੀ ਇਦੋਂ ਬਾਅਦ ਗੁੰਜਾਇਸ਼ ਨਹੀਂ ਸਾਡੀ। ਵੀ ਇੱਥੇ ਹੀ ਸਾਡੇ ਬੱਚੇ ਪੜ੍ਹਨੇ ਚਾਹੀਦੇ, ਮੇਰੇ ਪੋਤੇ ਪੋਤੀਆਂ, ਸਕੂਲ ਜ਼ਰੂਰ ਖੁੱਲ੍ਹਣਾ ਚਾਹੀਦਾ। ਅਸੀਂ ਇਹ ਮੰਗਾਂ ਲੈ ਕੇ ਆਏ ਹਾਂ ਜੀ, ਬੱਚੇ ਸਾਡੇ ਪੜ੍ਹਦੇ ਹੈ, ਮੋਬਾਈਲ ਸਾਥੋਂ ਦਿਹਾੜੀਦਾਰ ਬੰਦੇ, ਮੋਬਾਈਲ ਲਈ ਨਹੀਂ ਜਾਂਦੇ, ਸਕੂਲ ਖੁੱਲ੍ਹਣਾ ਚਾਹੀਦਾ ਗਾ, ਗਰੀਬ ਬੰਦੇ ਅਸੀਂ। ਧਰਨਾ ਨੂੰ 4 ਦਿਨ ਹੋ ਗਿਆ ਸੀ ਲਾਇਆ ਨੂੰ, ਵੀ ਬੱਚੇ ਜਿਹੜੇ ਜੋ ਅੱਖਰ ਜਾਣਦੇ ਸੀ ਉਹ ਵੀ ਭੁੱਲ ਗਏ, ਕੋਈ ਨਹੀਂ ਪੁੱਛਦਾ, ਕੋਈ ਨਹੀਂ ਸੁਣਾਈ ਕਰਦਾ ਜੀ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਸਾਡੇ ਬੱਚੇ ਪੜ੍ਹਨੇ ਚਾਹੀਦੇ ਹੈ। ਮੇਰੇ 3-2 ਪੋਤੇ ਪੜ੍ਹਦੇ ਆ, 3 ਪੋਤੀ ਪੜ੍ਹਦੀ ਹੈ, ਅਤੇ ਮੋਬਾਈਲ 'ਚ ਸਾਡੀ ਪਹੁੰਚ ਨਹੀਂ। ਬਾਕੀ ਜਵਾਕਾਂ ਦਾ ਦਾਦਾ ਮੁੱਕਿਆ ਹੋਇਆ ਅਤੇ ਜਵਾਕ ਖਾਂਦੇ ਪੀਂਦੇ ਨੂੰ, ਅਤੇ ਅਸੀਂ ਤਾਂ ਪੜ੍ਹਨਾ ਪੜ੍ਹਾਉਣਾ ਚਾਹੁੰਦੇ ਹਾਂ। ਕਹਿੰਦੇ ਜੀ ਕਰੋਨਾ ਆਉਂਦਾ ਹੈਗਾ ਸਕੂਲਾਂ 'ਚ, ਅਤੇ ਕਰੋਨਾ ਜੀ ਫਿਰ ਵੋਟਾਂ ਵਾਲੇ ਦਿਨ ਨਹੀਂ ਹੋਊਗਾ ਕਰੋਨਾ, ਉੱਧਰ ਵੀ ਹੋ ਸਕਦਾ, ਫਿਰ ਜਿੱਦਾਂ ਵੋਟਾਂ ਪੈਣਗੀਆਂ ਉੱਧਰ ਵੀ ਹੋ ਸਕਦਾ ਜੀ ਕਰੋਨਾ ਤਾਂ। ਤੁਹਾਡੇ ਕੋਲ ਲੀਡਰ ਵੀ ਵੋਟਾਂ ਮੰਗਣ ਆਉਂਦੇ ਆ, ਕਹਿੰਦੇ ਉਹਨਾਂ ਨੂੰ ਵੀ ਇੱਥੇ ਘੱਟ ਤਾਂ ਹੋਈ ਜਾਂਦੇ ਜੀ? ਜੀ ਹੁਣ ਜਦੋਂ ਆਉਣਗੇ ਉਦੋਂ ਕਹਾਂਗੇ, ਅਜੇ ਆਏ ਨਹੀਂ ਸਾਡੇ ਕੋਲ, ਜਦੋਂ ਆਏ ਅਸੀਂ ਕਹਿ ਦਾਂਗੇ। ਹਾਂ, ਆਹ ਕਰੋਨਾ ਆਖ ਦਿੰਦੇ ਕਰੋਨਾ, ਅਤੇ ਜਦੋਂ ਵੇਖ ਆਪਣੇ ਤਾਂ ਹੁਣ ਹੈ ਕਿਸੇ ਮੂੰਹ 'ਤੇ ਕਿਸੇ ਦੇ ਕਹਿ ਦਿਓ ਤਾਂ ਹੁਣ ਨਹੀਂ ਕਰੋਨਾ ਹੈਗੀ, ਹੁਣ ਕਰੋਨਾ ਕਿੱਧਰ ਗਈ? ਜਦੋਂ ਵੋਟਾਂ ਲੈਣੀਆਂ ਉਹਦੇ ਕਰੋਨਾ ਹੈ ਨਹੀਂ, ਉਹਦੇ 40 ਜਣੇ ਆ ਜਾਂਦੇ ਆ ਇਕੱਠੇ ਹੋ ਕੇ, ਅਤੇ ਹੁਣ ਜਵਾਕਾਂ ਬਾਰੇ, ਸਾਡੇ ਜਵਾਕਾਂ ਦੀ ਜ਼ਿੰਦਗੀ ਗਲੀ ਜਾਂਦੀ ਹੈ। ਹੁਣ ਆਪ ਤਾਂ ਲੀਡਰ ਬਾਹਰ ਪੜ੍ਹਾਈ ਜਾਂਦੇ, ਹੁਣ ਅਸੀਂ ਕਿੱਥੇ ਪੜ੍ਹਾਈਏ? ਅਸੀਂ ਤਾਂ ਉਹੀ ਖਾਣਾ ਅਤੇ ਉਹੀ ਕਰਨਾ, ਨਰਮੇ ਚੁਗਨੇ ਆ, ਦਾਦੀਆਂ ਵੀ ਚੁਗਦੀਆਂ ਅਤੇ ਮਾਵਾਂ ਵੀ ਚੁਗਦੀਆਂ। ਹਾਂਜੀ, ਅਸੀਂ ਤਾਂ ਜੀ ਐਂ ਕਹਿੰਦੇ ਹਾਂ ਵੀ ਸਾਡੇ ਬੱਚੇ ਪੜ੍ਹਨ, ਸਕੂਲ ਖੁੱਲ੍ਹਣ, ਜੇ ਸਕੂਲ ਨਾ ਖੋਲ੍ਹੇ ਅਸੀਂ ਵੋਟਾਂ ਨਹੀਂ ਪੈਣ ਦੇਣੀਆਂ, ਅਸੀਂ ਧਰਨਾ ਲਾਵਾਂਗੇ ਸਕੂਲ ਦੇ ਅੱਗੇ, ਕੰਧ ਕੱਢਾਂਗੇ। ਸਾਡੇ ਬੱਚੇ ਖਰਾਬ ਹੋਈ ਜਾਂਦੇ ਜੀ, ਸਾਡੇ 'ਚ ਗੁੰਜਾਇਸ਼ ਹੈ ਨਹੀਂ, ਅਸੀਂ ਕਿੱਥੋਂ ਮੋਬਾਈਲ ਲੈ ਦਈਏ ਜੀ? ਦਿਹਾੜੀਦਾਰ ਬੰਦੇ ਹਾਂ ਅਸੀਂ, ਨਰਮਾ ਨਹੀਂ ਹੋਇਆ ਜੀ, ਨਾ ਕੋਈ ਸਾਨੂੰ ਨਰਮੇ ਦਾ ਕੋਈ ਦਿੱਤਾ ਕੁਛ, ਅਸੀਂ ਕੀ ਕਰੀਏ ਹੁਣ? ਗਰੀਬ ਬੰਦੇ ਹਾਂ,
ਸਾਡੇ ਤਾਂ ਜੀ ਬੱਚੇ ਜਮਾਂ ਬਸ ਨਲਾਇਕ ਹੋਈ ਜਾਂਦੇ ਆ, ਕਿੱਥੋਂ ਪੜ੍ਹਾ ਦਈਏ ਜੀ, ਸਾਡੇ 'ਚ ਇੰਨੀ ਹੈ ਹੀ ਨਹੀਂ ਜੀ ਗੁੰਜਾਇਸ਼। ਜੇ ਤਾਂ ਸਕੂਲ ਖੁੱਲ੍ਹਣਗੇ ਸਾਡੇ ਬੱਚੇ ਪੜ੍ਹਨਗੇ ਤਾਂ ਅਸੀਂ ਵੋਟਾਂ ਵੀ ਪਾਵਾਂਗੇ, ਨਹੀਂ ਅਸੀਂ ਵੋਟਾਂ ਵੀ ਨਹੀਂ ਪੈਣ ਦਿੰਦੇ। ਪਿੰਡ 'ਚ ਆਉਂਦੇ ਆ ਲੀਡਰ ਵੋਟਾਂ ਮੰਗਣ? ਪਿੰਡ 'ਚ ਆਉਂਦੇ ਆ ਜੇ ਆਈ ਜਾਣ, ਅਸੀਂ ਕਹਿੰਦੇ ਸਕੂਲ ਖੁੱਲ੍ਹਣਗੇ ਤਾਂ ਫਿਰ ਵੋਟਾਂ ਪਾਵਾਂਗੇ। ਕਹਿੰਦੇ ਉਹਨਾਂ ਨੂੰ? ਹਾਂਜੀ ਕਹਾਂਗੇ, ਕਹਿੰਦੇ ਵੀ ਆ। ਹਾਂਜੀ ਸਾਡੇ ਬੱਚੇ ਪੜ੍ਹਨ, ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਈ। ਇਹਨਾਂ ਵਾਰੀ ਨਹੀਂ ਕਰੋਨਾ ਹੁੰਦੀ ਜੀ, ਇਹਨਾਂ ਦੇ ਬੱਚੇ ਤਾਂ ਬਾਹਰ ਵੱਗ ਗਏ। ਅਸੀਂ ਹੁਣ ਗਰੀਬ ਹਾਂ, ਸਾਡੇ ਬੱਚਿਆਂ 'ਤੇ ਅਸਰ ਪਈ ਜਾਂਦਾ, ਸਾਡੇ ਬੱਚੇ ਨਲਾਇਕ ਹੋਈ ਜਾਂਦੇ, ਦਿਮਾਗ ਨਹੀਂ ਰਿਹਾ ਬੱਚਿਆਂ ਦਾ। ਅਸੀਂ ਤਾਂ ਹੁਣ ਇਹੀ ਮੰਗ ਕਰਦੇ ਹਾਂ ਵੀ ਇਹ ਸਕੂਲ ਖੁੱਲ੍ਹਣਗੇ ਤਾਂ ਵੋਟਾਂ ਪਾਵਾਂਗੇ ਵੀ ਅਤੇ ਪੈਣ ਵੀ ਦੇਵਾਂਗੇ, ਜੇ ਨਾ ਖੋਲ੍ਹੇ ਸਕੂਲ ਅਸੀਂ ਪੈਣ ਵੀ ਨਹੀਂ ਦਿੰਦੇ ਵੋਟਾਂ। ਬਸ ਅਸੀਂ ਇਹੀ ਕਹਿੰਦੇ ਹਾਂ। ਇਹ ਪਿੰਡ ਕਮਾਲੂ ਤੋਂ ਬੱਚਿਆਂ ਦੇ ਮਾਪੇ ਹੈ, ਕਾਫੀ ਵੱਡੀ ਤਾਦਾਦ 'ਚ ਬੱਚੇ ਵੀ ਪਹੁੰਚੇ ਹੈ, ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੈ। ਮੰਗ ਹੈ ਕਿ ਬੱਚੇ ਹੈ ਜਿਹੜੇ ਸਕੂਲ ਬੰਦ ਹੋਣ ਕਰਕੇ ਦਿਨੋਂ ਦਿਨ ਹੈ ਜਿਹੜੇ ਇਹਨਾਂ ਦਾ ਵਿਹਾਰ ਖਰਾਬ ਹੋ ਰਿਹਾ, ਪੜ੍ਹਾਈ ਤੋਂ ਦੂਰ ਹੋ ਰਹੇ ਹੈ। ਪਹਿਲਾਂ ਜਿਹੜਾ ਜਾਣਦੇ ਸੀ ਉਹ ਵੀ ਸਾਰਾ ਕੁਝ ਭੁੱਲ ਗਏ। ਮੇਰੇ ਨਾਲ ਪ੍ਰਧਾਨ ਜੀ ਵੀ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਪ੍ਰਧਾਨ ਜੀ। ਮੇਰਾ ਨਾਂ ਹਰਚਰਨ ਸਿੰਘ ਜੀ, ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹਾਂ ਦਾ, ਪਿੰਡ ਕਮਾਲੂ ਦਾ ਪ੍ਰੈਸ ਸਕੱਤਰ ਹਾਂ। ਸਾਨੂੰ 4 ਦਿਨ ਹੋ ਗਏ ਧਰਨਾ ਲਾਇਆ ਨੂੰ, ਹਜੇ ਤੱਕ ਪ੍ਰਸ਼ਾਸਨ ਦੇ ਕੰਨ 'ਤੇ ਜੂ ਨਹੀਂ ਸਰਕੀ। ਦੇਖੋ ਠੰਡ ਦੇ ਵਿੰਡੀ ਕਿੰਨੇ ਕੇ ਬੱਚੇ ਮੈਂ ਇੱਥੇ ਲੈ ਕੇ ਆਇਆ, ਮਾਈਆਂ ਲੈ ਕੇ, ਉਹਨਾਂ ਦੇ ਮਾਪੇ ਲੈ ਕੇ ਆਇਆ, ਸਾਰੇ ਦਿਹਾੜੀਦਾਰ ਹੈ। ਕੋਈ ਇਹਨਾਂ 'ਚ ਇਹ ਨਹੀਂ ਵੀ ਜ਼ਮੀਨ ਵਾਲਾ, ਸਾਰੇ ਦਿਹਾੜੀਦਾਰ ਹੈ, ਦਿਹਾੜੀ ਕਰਕੇ ਆਪਦਾ ਗੁਜ਼ਾਰਾ ਕਰਦੇ, ਮੋਬਾਈਲ ਲੈਣ ਦੇ ਸਮਰੱਥ ਨਹੀਂ, ਕਿਉਂਕਿ ਬੱਚਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਇਸ ਕਰਕੇ ਅਸੀਂ ਸਰਕਾਰ ਕੋਲੋਂ ਮੰਗ ਵੀ ਕਰਦੇ ਵੀ ਜਲਦ ਸਕੂਲ ਖੁਲਾਏ ਜਾਣ, ਨਹੀਂ ਸਕੂਲ ਦੇ ਮੂਹਰੇ ਅੱਜ ਅਸੀਂ ਪੱਕੀ ਕੰਧ ਕੱਢ ਦੇਣੀ ਆ, ਗੇਟ ਬਿਲਕੁਲ ਜਮ੍ਹਾਂ ਬੰਦ ਹੈ, ਨਾ ਹੀ ਅਸੀਂ ਮਾਸਟਰਾਂ ਨੂੰ ਉੱਥੇ ਹਾਜ਼ਰੀ ਲਾਉਣ ਦਿੱਤੀ ਹੈ, ਮਾਸਟਰ ਵੀ ਬਾਹਰ ਹੈ। ਅੱਜ 4 ਦਿਨ ਹੋ ਗਏ, 4 ਦਿਨਾਂ ਦੇ ਵਿੱਚ ਨਾ ਪ੍ਰਸ਼ਾਸਨ ਦੇ ਕੰਨ 'ਤੇ ਜੂ ਨਹੀਂ ਸਰਕੀ ਜਮ੍ਹਾਂ ਵੀ, ਜੋ ਕੁਛ ਇਹ ਸਾਰਾ ਜਾਣ ਬੁੱਝ ਕੇ ਕਰ ਰਿਹਾ, ਇੰਨੀਆਂ ਇੰਨੀਆਂ ਵੋਟਾਂ ਪੈ ਰਹੀਆਂ, ਇੰਨਾ ਇਕੱਠ ਹੋ ਰਿਹਾ, ਤਾਂ ਉਦੋਂ ਇਹ ਮੰਨ ਲਓ ਵੀ ਕਰੋਨਾ ਨਹੀਂ ਹੋ ਰਿਹਾ। ਹੁਣ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਵਾਸਤੇ ਇਹਨਾਂ ਨੇ 3 ਮਤਲਬ 1985 ਦੇ ਵਿੱਚ ਬਣਾਇਆ ਸੀ MMP। ਐਮ ਦਾ ਮਤਲਬ ਮਨੀ ਅਤੇ ਐਮ ਦਾ ਮਤਲਬ ਮਾਇੰਡ ਅਤੇ ਪੀ ਦਾ ਮਤਲਬ ਪਾਪੂਲੇਸ਼ਨ। ਕਿਉਂਕਿ ਸਾਡੇ ਬੱਚਿਆਂ ਨੂੰ ਜੇ ਅਸੀਂ ਮੋਬਾਈਲ ਲੈ ਕੇ ਵੀ ਦਿੰਦੇ ਹਾਂ ਤਾਂ ਉਹਦੇ ਨਾਲ ਕੀ ਆ, ਉਹਦਾ ਜਿਹੜਾ ਮਾਇੰਡ ਹੈ ਉਹ ਖਤਮ ਹੁੰਦਾ। ਇੱਕ ਮੋਬਾਈਲ ਇਹੋ ਜਿਹੀ ਚੀਜ਼ ਹੈ ਕਿ ਦਿਮਾਗ ਨੂੰ ਖਤਮ ਕਰਦਾ। ਸਰਕਾਰ ਇਹ 3 ਚੀਜ਼ਾਂ 'ਤੇ ਇਹ ਮਤਲਬ ਚੱਲੀ ਹੋਈ ਹੈ, ਇਹ ਬੱਚਿਆਂ ਦਾ ਬੁਰੀ ਤਰ੍ਹਾਂ ਭਵਿੱਖ ਖਰਾਬ ਕਰਨ ਚੱਲੀ ਹੈ। ਦੇਖ ਸਕਦੇ ਹੋ ਕਿ ਸਰਕਾਰ ਦੇ ਖਿਲਾਫ ਲਗਾਤਾਰ ਪਿਛਲੇ ਕਈ ਦਿਨਾਂ 'ਚ ਆਸੇ ਪਾਸੇ ਦੇ ਪਿੰਡਾਂ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੀਮ ਵੱਲੋਂ, ਜਿਹੜਾ ਜਥੇਬੰਦੀ ਵੱਲੋਂ ਹੈ, ਲਗਾਤਾਰ ਪਿੰਡਾਂ ਦੇ ਵਿੱਚ ਰੋਸ ਨਜ਼ਾਰੇ ਕੀਤੇ ਜਾ ਰਹੇ, ਧਰਨੇ ਲਾਏ ਜਾ ਰਹੇ ਆ, ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ। ਕਹਿੰਦੇ ਵੀ ਠੇਕੇ ਖੁੱਲ੍ਹੇ ਹੈ, ਰੈਲੀਆਂ 1000 ਬੰਦੇ ਤੱਕ ਦੀ ਪਰਮਿਸ਼ਨ ਦੇ ਰੱਖੀ ਹੈ, ਲੇਕਿਨ 200 ਤੋਂ 300 ਤੱਕ ਦੇ ਬੱਚਿਆਂ ਦੀ ਤਾਦਾਦ ਹੁੰਦੀ ਹੈ ਸਕੂਲਾਂ 'ਚ, ਪਰ ਉੱਥੇ ਕਿਉਂ, ਉਹਨਾਂ ਨੂੰ ਕਿਉਂ ਬੰਦ ਕਰ ਰੱਖਿਆ, ਉੱਥੇ ਕਰੋਨਾ ਕਿਉਂ ਆਉਂਦਾ ਹੈਗਾ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ, ਇਹ ਜਿਹੜੀ ਵੀਡੀਓ ਹੈ ਰੋਸ ਮੁਜ਼ਾਹਰਾ ਹੈ, ਸਰਕਾਰ ਤੱਕ ਪਹੁੰਚੇ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ। ਇਸੇ ਤਰ੍ਹਾਂ ਹੋਰ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਬਹੁਤ ਬਹੁਤ ਧੰਨਵਾਦ।